ਸਤਰੀਆ ਕਾਲ ਸਾਰੇ ਵਿਦਿਆਰਥੀਆਂ ਨੂੰ ਸਵਾਗਤ ਕੀਤਾ ਜਾਂਦਾ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਵੀਰਿੰਦਰ ਐਜੂਕੇਸ਼ਨ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਮਹੱਤਮ ਪੁਰਾਣ ਜੰਤਰਾਂ ਦੇ ਬਾਰੇ ਪੜਾਂਗੇ ਕਿ ਕਿਹੜੇ ਜੰਤਰ ਦਾ ਕੀ ਨਾਮ ਹੈ ਤੇ ਇਸ ਦੀ ਜਿਹੜੀ ਵਰਤੋਂ ਹੈਗੀ ਉਹ ਕਿਸ ਕੰਮ ਦੇ ਲਈ ਕੀਤੀ ਜਾਂਦੀ ਹੈ ਤਾਂ ਅਸੀਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾ ਯੰਤਰ ਹੈ ਸਾਡੇ ਕੋਲ ਬੈਰੋਮੀਟਰ ਇਸਦੀ ਜਿਹੜੀ ਵਰਤੋਂ ਹੈ ਉਹ વાਯੂ ਦਾਬ ਨੂੰ ਮਾਪਣ ਦੇ ਲਈ ਕੀਤੀ ਜਾਂਦੀ ਹੈ ਬੈਰੋਮੀਟਰ ਦਾ ਯੂਸ વાਯੂ ਦਾਬ ਨੂੰ ਮਾਪਣ ਦੇ ਲਈ ਕੀਤਾ ਜਾਂਦਾ ਹੈ ਤੁਸੀਂ ਇਸਦੀ ਤਸਵੀਰ ਹੈ ਜਿਹੜੀ ਦੇਖ ਸਕਦੇ ਹੋ ਤਾਂ ਕਿ ਤੁਹਾਨੂੰ ਈਜ਼ੀਲੀ ਆ ਜਿਹੜੀ ਉਹ ਸਮਝ ਆ ਸਕੇ ਦੂਸਰਾ ਯੰਤਰ ਹੈ ਫੈໂດਮੀਟਰ ਸਮੁੰਦਰ ਦੀ ਗਹਿਰਾਈ ਨੂੰ ਮਾਪਣ ਵਾਲਾ ਯੰਤਰ ਫੈਦੋਮੀਟਰ ਦੀ ਜਿਹੜੀ ਵਰਤੋਂ ਉਹ ਸਮੁੰਦਰ ਦੀ ਗਹਿਰਾਈ ਨੂੰ ਮਾਪਣ ਦੇ ਲਈ ਕੀਤੀ ਜਾਂਦੀ ਹੈ ਨੈਕਸਟ ਹੈ ਲੈਕਟੋਮੀਟਰ ਲੈਕਟੋਮੀਟਰ ਦੀ ਵਰਤੋਂ ਦੁੱਧ ਦੀ ਸ਼ੁੱਧਤਾ ਨੂੰ ਮਾਪਣ ਦੇ ਲਈ ਕੀਤੀ ਜਾਂਦੀ ਹੈ ਇਸ ਦੇ ਅੰਤਰ ਦਾ ਜਿਹੜਾ ਯੂਜ਼ ਐ ਉਹ ਦੁੱਧ ਦੀ ਘਣਤਾ ਨੂੰ ਮਾਪਣ ਦੇ ਲਈ ਕੀਤਾ ਜਾਂਦਾ ਹੈਗਾ ਤੇ ਇਸ ਦੇ ਨਾਲ ਦੁੱਧ ਦੀ ਸ਼ੁੱਧਤਾ ਜਿਹੜੀ ਉਹ ਚੈੱਕ ਕੀਤੀ ਜਾਂਦੀ ਹੈ ਜਿੰਨੀ ਜ਼ਿਆਦਾ ਦੁੱਧ ਦੀ ਘਣਤਾ ਹੋਵੇਗੀ ਉਨਾ ਹੀ ਜਿਹੜਾ ਦੁੱਧ ਹੋਵੇਗਾ ਉਹ ਸ਼ੁੱਧ ਹੋਵੇਗਾ ਨੈਕਸਟ ਹੈ ਪਾਇਰੋਮੀਟਰ ਉੱਚ ਤਾਪ ਮਾਪਣ ਵਾਲਾ ਯੰਤਰ ਥਰਮੋਮੀਟਰ ਦਾ ਜਿਹੜਾ ਯੂਜ਼ ਹੈਗਾ ਉਹ ਉੱਚ ਤਾਪ ਨੂੰ ਮਾਪਣ ਦੇ ਲਈ ਕੀਤਾ ਜਾਂਦਾ ਹੈ ਨੈਕਸਟ 5 ਨੰਬਰ ਤੇ ਹੈ ਸਟੈਥੋਸਕੋਪ ਦਿਲ ਦੀ ਧੜਕਣ ਨੂੰ ਸੁਣਨ ਵਾਲਾ ਯੰਤਰ ਥਰੈਟੋਸਕੋਪ ਦੀ ਜਿਹੜੀ ਵਰਤੋਂ ਹੈਗੀ ਉਹ ਦਿਲ ਦੀ ਧੜਕਣ ਨੂੰ ਸੁਣਨ ਦੇ ਲਈ ਕੀਤੀ ਜਾਂਦੀ ਹੈ ਤੁਸੀਂ ਅਕਸਰ ਹੀ ਡਾਕਟਰਸ ਦੇ ਕੋਲ ਇਹ ਜਿਹੜਾ ਯੰਤਰ ਹੈਗਾ ਦੇਖਿਆ ਹੋਵੇਗਾ ਕਿ ਜਿਹੜੇ ਡਾਕਟਰਸ ਨੇਗੇ ਉਹ ਦਿਲ ਦੀ ਧੜਕਣ ਨੂੰ ਸੁਣਨ ਦੇ ਲਈ ਥੈਰੋਸਕੋਪ ਦੀ ਜਿਹੜੀ ਵਰਤੋਂ ਨੇਗੇ ਉਹ ਕਰਦੇ ਹਨ ਛੇਮਾ ਹੈ ਸੁਨਾਰ ਸਮੁੰਦਰ ਦੇ ਅੰਦਰ ਲੁਕੀਆਂ ਵਸਤੂਆਂ ਦਾ ਪਤਾ ਲਗਾਉਣ ਵਾਲਾ ਯੰਤਰ ਸੋ ਨਾਤੀ ਜਿਹੜੀ ਵਰਤੂ ਹੈਗੀ ਉਹ ਸਪੁੰਦਰ ਦੇ ਅੰਦਰ ਜਿਹੜੀਆਂ ਲੁਕੀਆਂ ਹੋਈਆਂ ਵਸਤੂਆਂ ਨੇ ਉਹਨਾਂ ਨੂੰ ਪਤਾ ਲਗਾਉਣ ਦੇ ਲਈ ਕੀਤੀ ਜਾਂਦੀ ਹੈ ਨੈਕਸਟ 7 ਨੰਬਰ ਤੇ ਹੈ ਸਿਸਮੋਗ੍ਰਾਫ ਯੰਤਰ ਭੁਚਾਲ ਦੀ ਤੀਬਰਤਾ ਮਾਪਣ ਵਾਲਾ ਯੰਤਰ ਸਿਸਮੋਗ੍ਰਾਫ ਹੈ ਜਿਹੜਾ ਉਸ ਦਾ ਯੂਜ਼ ਭੁਚਾਲ ਦੀ ਤੀਬਰਤਾ ਨੂੰ ਮਾਪਣ ਦੇ ਲਈ ਕੀਤਾ ਜਾਂਦਾ ਹੈ ਤੇ ਜਿਹੜਾ ਪੈਮਾਨਾ ਪੋਚਾਲ ਦੀ ਤਰਤੀਬ ਤਾਂ ਨੂੰ ਮਾਪਦਾ ਹੈ ਉਸ ਨੂੰ ਰਿਕਟਰ ਪੈਮਾਨਾ ਕਿਹਾ ਜਾਂਦਾ ਹੈ ਨੈਕਸਟ ਹੈ ਪੋਲੀਗ੍ਰਾਫ ਪੋਲੀਗ੍ਰਾਫ ਦੀ ਵਰਤੋਂ ਝੂਠ ਦਾ ਪਤਾ ਲਗਾਉਣ ਦੇ ਲਈ ਕੀਤੀ ਜਾਂਦੀ ਹੈ ਤੁਸੀਂ ਅਕਸਰ ਮੂਵੀਜ਼ ਆ ਫਿਲਮਾਂ ਦੇ ਵਿੱਚ ਦੇਖਿਆ ਹੋਵੇਗਾ ਕਿ ਇਨਸਾਨ ਦਾ ਝੂਠ ਪਤਾ ਕਰਨ ਦੇ ਲਈ ਇੱਕ यंत्र जब वरत्या जाता है उसनु किया जाता है पॉलीग्राफ। अगला यंत्र है साढे कोल एनीमोमीटर, वायु की गति मापन वाला यंत्र एनीमोमीटर की जीडी वरतो हैगी वायु जानी कि हवा की गति मापन की जाती है नैक्सट है मीटर। ਕੈਰਟ ਮੀਟਰ ਜਿਹੜਾ ਇਹ ਸੋਨੇ ਦੀ ਸ਼ੁੱਧਤਾ ਨੂੰ ਮਾਪਣ ਵਾਲਾ ਜੰਤਰ ਹੈ ਸੋਨੇ ਨੂੰ ਮਾਪਣ ਦੀ ਜਿਹੜੀ ਇਕਾਈ ਹੈ ਉਹ ਹੈ ਕੈਰਟ ਤੇ ਸੋਨੇ ਦੀ ਸ਼ੁੱਧਤਾ ਨੂੰ ਮਾਪਣ ਵਾਲਾ ਜੰਤਰ ਹੈ ਕੈਰਟ ਮੀਟਰ ਨੈਕਸਟ ਅਗਲਾ ਜੰਤਰ ਹੈ ਲਕਸ ਮੀਟਰ ਪ੍ਰਕਾਸ਼ ਦੀ ਤੀਬਰਤਾ ਨੂੰ ਮਾਪਣ ਵਾਲਾ ਜੰਤਰ ਲਕਸ ਮੀਟਰ ਦਾ ਜਿਹੜਾ ਯੂਜ਼ ਹੈਗਾ ਵਰਤੋਂ ਹੈਗੀ ਉਹ ਪ੍ਰਕਾਸ਼ ਦੀ ਦੀ ਵਰਤਾਨੂੰ ਮਾਪਣ ਦੇ ਲਈ ਕੀਤੀ ਜਾਂਦੀ ਹੈ 12 ਨੰਬਰ ਤੇ ਹੈ ਸਾਡੇ ਕੋਲ ਰਡਾਰ ਰਡਾਰ ਹੈ ਜਿਹੜਾ ਇਹ ਰੇਡੀਓ ਤਰੰਗਾਂ ਦੁਆਰਾ ਵਸਤੂਆਂ ਦੀ ਸਥਿਤੀ ਗਿਆਤ ਕਰਨ ਵਾਲਾ ਯੰਤਰ ਹੈ ਜਾਨੀ ਰੇਡੀਓ ਤਰੰਗਾਂ ਦੇ ਦੁਆਰਾ ਕਿਸੇ ਵੀ ਵਸਤੂ ਦੀ ਜਿਹੜੀ ਸਥਿਤੀ ਹੈਗੀ ਉਸ ਨੂੰ ਪਤਾ ਕਰਨ ਦੇ ਲਈ ਰਡਾਰ ਦੀ ਜਿਹੜੀ ਵਰਤੋਂ ਹੈਗੀ ਉਹ ਕੀਤੀ ਜਾਂਦੀ ਹੈ ਨੈਕਸਟ ਹੈ ਪੈਰੀਸਕੋਪ ਪੰਡੁੱਬੀ ਦੇ ਅੰਦਰੋਂ ਬਾਹਰ ਦੇਖਣ ਲਈ ਉਪਯੋਗ ਕੀਤਾ ਜਾਣ ਵਾਲਾ ਇਹ ਅੰਦਰ ਪੈਰੀਸਕੋਪ ਦੀ ਜਿਹੜੀ ਵਰਤੋਂ ਹੈਗੀ ਉਹ ਪੰਡੁੱਬੀਆਂ ਦੇ ਵਿੱਚ ਕੀਤੀ ਜਾਂਦੀ ਹੈ ਪੰਡੁੱਬੀਆਂ ਦੇ ਅੰਦਰੋਂ ਬਾਹਰ ਨੂੰ ਦੇਖਣ ਦੇ ਲਈ ਪੈਰੀਸਕੋਪ ਯੰਤਰਾਂ ਦੀ ਜਿਹੜੀ ਵਰਤੋਂ ਹੈਗੀ ਉਹ ਕੀਤੀ ਜਾਂਦੀ ਹੈ ਨੈਕਸਟ ਜੰਤਰ ਹੈ ਸਾਡੇ ਕੋਲ फैगमो मैनोमीटर इसका जोड़ा यूज हैगा वो ब्लड प्रैशर यानी कि बी पी मापन के लिए किया जाता है तो अक्सर ही डॉक्टर्स के कोल यंत्र है देखा है जो डॉक्टर्स ने गे साडा ब्लड प्रैशर यानी बीपी चैक करने के लिए इस मीटर की जी वरतो हैगी करते हैं नैक्सट अगला है हाइड्रोमीटर हाइड्रोमीटर की जी वरतो है वह पानी का घनता मापन जाती है पानी की घनता मापन के लिए जो यंत्र वरत्या जाता है वह है हाइड्रोमीटर हाइड्रो हाइड्रोमीन पानी नैक्सट है हाइग्रोमीटर हाइग्रोमीटर की हाइग्रो जी वरतों हैगी हवा की ਤੀਬਰਤਾ ਨੂੰ ਮਾਪਣ ਦੇ ਲਈ ਕੀਤੀ ਜਾਂਦੀ ਹੈ ਹਵਾ ਹੈ ਜਿਹੜੀ ਉਹਦੀ ਤੀਬਰਤਾ ਨੂੰ ਮਾਪਣ ਦੇ ਲਈ ਹਾਈਗਰੋਮੀਟਰ ਦੀ ਵਰਤੋਂ ਕੀਤੀ ਜਾਂਦੀ ਹੈ ਸੋ ਤੁਸੀਂ ਇਨ੍ਹਾਂ ਦੋਵਾਂ ਦੇ ਵਿੱਚ ਜਿਹੜੀ ਕਨਫਿਊਜ਼ ਨਹੀਂ ਹੋਣਾ ਹੈ ਹਾਈਡਰੋਮੀਟਰ ਔਰ ਹਾਈਗਰੋਮੀਟਰ ਜਿਹੜੇ ਨੇ ਉਹ ਅਲੱਗ-ਅਲੱਗ ਵਸਤਾਂ ਦੀ ਮਾਪ ਲਈ ਵਰਤੇ ਜਾਂਦੇ ਨੇ ਜਿਵੇਂ ਕਿ ਹਾਈਡਰੋਮੀਟਰ ਹੈ ਜਿਹੜਾ ਉਹ ਪਾਣੀ ਦੀ ਘਣਤਾ ਨੂੰ ਮਾਪਦਾ ਹੈ ਤੇ ਹਾਈਗਰੋਮੀਟਰ ਹੈ ਜਿਹੜਾ ਉਹ ਹਵਾ ਦੀ ਤੀਬਰਤਾ ਨੂੰ ਮਾਪਦਾ ਹੈ ਸੋ ਤੁਸੀਂ ਇਹਨਾਂ ਦੇ ਵਿੱਚ ਕਨਫਿਊਜ਼ ਨਹੀਂ ਹੋਣਾ ਹੈ ਧਿਆਨ ਨਾਲ ਇਹਨਾਂ ਨੂੰ ਪੜ੍ਹਨਾ ਹੈ ਸੋ ਏਸੀ ਸਾਡੀ ਅੱਜ ਦੀ ਵੀਡੀਓ ਜਿਸ ਦੇ ਵਿੱਚ ਅਸੀਂ ਨੇ ਮਹੱਤਮਪੂਰਨ ਜੰਤਰਾਂ ਦੇ ਬਾਰੇ ਗੱਲ ਕੀਤੀ ਹੈ ਕਿ ਕਿਹੜੇ ਜੰਤਰ ਦੀ ਜਿਹੜੀ ਵਰਤੋਂ ਆ ਗਈ ਉਹ ਕਿਸ ਕੰਮ ਦੇ ਲਈ ਕੀਤੀ ਜਾਂਦੀ ਹੈ ਆਈ ਹੋਪ ਕਿ ਤੁਹਾਨੂੰ ਇਹ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇਗੀ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ